ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਤੇ ਅੱਜ ਦੇ ਖਾਸ ਦਿਨ 'ਤੇ ਖਾਸ ਸਵਾਗਤ ਕਰਦੇ ਹਾਂ। ਖਾਸ ਦਿਨ ਕੀ ਹੈ ਉਹ ਤੁਹਾਨੂੰ ਹੌਲੀ ਹੌਲੀ ਦੱਸਾਂਗੇ, ਪਰ ਪਹਿਲਾਂ ਆਪਣਾ ਸਵਾਗਤ ਕਰਦੇ ਹਾਂ ਜੀ ਹਰਮਨ ਜੀ ਦਾ। ਅੱਜ ਇੰਨਾ ਸਵਾਗਤ ਕਰਤਾ, ਉੱਧਰ ਸਵਾਗਤ, ਇੱਧਰ ਸਵਾਗਤ, ਸਾਰੇ ਪਾਸੇ ਸਵਾਗਤ ਸਵਾਗਤ ਚੱਲ ਦੇ ਨਾ, ਅਤੇ ਮੈਨੂੰ ਕੁਛ ਸੋਚ ਹੀ ਨਹੀਂ ਰਿਹਾ ਸੀ ਵੀ ਮੈਂ ਕਰਾਂ ਕੀ। ਖਾਸ ਦਿਨ ਤਾਂ ਸਾਰਿਆਂ ਨੂੰ ਪਤਾ ਅੱਜ ਪਿਆਰ ਦਾ ਦਿਨ ਹੈ ਨਾ, ਅਤੇ ਸਾਡੇ ਵੱਲੋਂ ਸਾਡੇ ਸਾਰੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਇਸ ਪਿਆਰ ਦੇ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਪਿਆਰ ਤਾਂ ਪਿਆਰ ਹੁੰਦਾ, ਤੇ ਇਹ ਪਿਆਰ ਕਦੇ ਵੀ ਕਿਸੇ ਨਾਲ ਵੀ ਕਿਤੇ ਵੀ ਹੋ ਸਕਦਾ, ਫਿਰ ਚਾਹੇ ਉਹ ਤੁਹਾਡੇ ਮਾਂ ਬਾਪ ਹੋਣ, ਚਾਹੇ ਤੁਹਾਡੇ ਉਹ ਨੇੜਲੇ ਕੋਈ ਰਿਸ਼ਤੇਦਾਰ ਹੋਣ, ਚਾਹੇ ਉਹ ਸਭ ਤੁਹਾਡੀਆਂ ਸਹੇਲੀਆਂ ਹੋਣ, ਚਾਹੇ ਤੁਹਾਡੇ ਭੈਣ ਭਰਾ ਹੋਣ, ਚਾਹੇ ਤੁਹਾਡੇ ਦੋਸਤ ਮਿੱਤਰ ਹੋਣ, ਕੋਈ ਵੀ ਹੋ ਸਕਦਾ ਹੈ, ਤੇ ਤੁਹਾਡੇ ਪਿਆਰ ਕਿਸੇ ਨਾਲ ਵੀ ਹੋ ਸਕਦਾ। ਮੁਹੱਬਤ ਖਾਸ ਦਿਨਾਂ ਦੀ ਮੁਹਤਾਜ ਨਹੀਂ ਹੁੰਦੀ, ਵਫਾ ਕਰਨ ਵਾਲਿਆਂ ਲਈ ਹਰ ਦਿਨ ਵੈਲੈਂਟਾਈਨ ਡੇ ਹੁੰਦਾ ਜੀ। ਜੇਕਰ ਤੁਸੀਂ ਆਪਣੇ ਰਿਸ਼ਤੇ ਦੇ ਵਿੱਚ ਖੁਸ਼ ਹੋ, ਚਾਹੇ ਉਹ ਫਿਰ ਪਤੀ ਪਤਨੀ ਦਾ ਰਿਸ਼ਤਾ ਹੋਏ, ਭੈਣ ਭਰਾਵਾਂ ਦਾ ਰਿਸ਼ਤਾ ਹੋਏ, ਤਾਂ ਹਰ ਦਿਨ ਵੈਲੈਂਟਾਈਨ ਡੇ ਹੁੰਦਾ। ਰਿਸ਼ਤੇ ਬਹੁਤ ਜ਼ਰੂਰੀ ਨੇ ਸਾਡੇ ਲਈ, ਹਾਸੇ ਬਹੁਤ ਜ਼ਰੂਰੀ ਨੇ ਸਾਡੇ ਲਈ, ਔਰ ਸਿਹਤਯਾਬ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ। ਸੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਵੈਲੈਂਟਾਈਨਸ ਡੇ, ਤੇ ਅੱਜ ਇੱਕ ਖਾਸ ਦਿਨ ਹੋਰ ਵੀ ਹੈ ਜੀ। ਉਦੋਂ ਪਹਿਲਾਂ ਅੱਜ ਮੈਂ ਗਾ ਕੇ ਤੁਹਾਨੂੰ ਪੁੱਛੂੰਗੀ ਜੋ ਅਕਸਰ ਪੁੱਛਦੀ ਹੁੰਦੀ ਹਾਂ, ਜ਼ਿੰਦਗੀ ਕਿਵੇਂ ਚੱਲ ਰਹੀ ਹੈ। ਹਾਂ, ਇਹ ਗਾ ਕੇ ਪੁੱਛੂ ਗਿਆ। ਅੱਛਾ, ਕਿਆ ਬਾਤ ਹੈ, ਤਰਨਮ ਦੇ ਨਾਲ। ਹਾਲ ਕੈਸਾ ਹੈ ਜਨਾਬ ਕਾ, ਕਿਆ ਖਿਆਲ ਹੈ ਆਪ ਕਾ, ਤੁਮ ਤੋਂ ਮਚਲੇ ਗਏ ਹੋ ਹੋ ਹੋ, ਯੂੰ ਹੀ ਫਿਸਲ ਗਏ ਆ। ਬਿਲਕੁਲ ਸਹੀ ਪਛਾਣਿਆ। ਜਿਹੜਾ ਦੂਸਰਾ ਖਾਸ ਦਿਨ ਹੈ ਉਹ ਇਸ ਗਾਣੇ ਦੇ ਨਾਲ ਜੁੜਿਆ ਹੋਇਆ ਖਾਸ ਦਿਨ ਹੈ, ਕਿਉਂਕਿ ਅੱਜ ਮਧੂਬਾਲਾ ਦਾ ਹੈਪੀ ਬਰਥਡੇ। ਆਹਾ, ਇਹ ਤੁਸੀਂ ਨਾਂ ਲਿਆ ਨਾ, ਮੈਨੂੰ ਮਤਲਬ ਇਸ ਨਾਮ ਚੋਂ ਹੀ ਇੰਨੀ ਖੁਸ਼ਬੂ ਆਉਂਦੀ ਹੈ ਨਾ ਜੀ, ਔਰ ਇੰਨਾ ਸੋਹਣਾ ਜਿਹਾ, ਭੋਲਾ ਜਿਹਾ, ਔਰ ਇੰਨਾ ਹਸੀਨ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਬਾਲੀਵੁੱਡ ਅਦਾਕਾਰ ਮਧੂਬਾਲਾ ਦਾ। ਔਰ ਮੈਨੂੰ ਫਿਰ ਤੋਂ ਕਈਆਂ ਹੋਈਆਂ ਗੱਲਾਂ ਚੇਤੇ ਆ ਗਈਆਂ ਜਿਹੜੀਆਂ ਮੈਂ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਕਹੀਆਂ ਸੀ ਵੀ ਕੁਛ ਲੋਕ ਸ਼ਾਇਦ ਇਸ ਦੁਨੀਆਂ ਦੇ ਵਿੱਚ ਇੱਕ ਛਾਪ ਛੱਡਣ ਦੇ ਲਈ ਆਉਂਦੇ ਨੇ, ਹਨਾ, ਉਹ ਆਪਣਾ ਇੱਕ ਨਾਂ ਬਣਾਉਂਦੇ ਨੇ, ਇੱਕ ਛਾਪ ਛੱਡਦੇ ਨੇ, ਔਰ ਰੱਬ ਤੋਂ ਬੜੇ ਥੋੜੇ ਦਿਨ ਲੈ ਕੇ ਆਉਂਦੇ ਨੇ, ਥੋੜੇ ਸਾਲ ਲੈ ਕੇ ਆਉਂਦੇ, ਉਹ ਜਿਹੜੇ ਥੋੜੇ ਸਾਲ ਆ ਉਹਦੇ ਵਿੱਚ ਹੀ ਲੋਕਾਂ ਦੇ ਦਿਲਾਂ ਤੇ ਇੰਨਾ ਛਾ ਜਾਂਦੇ ਨੇ, ਇੰਨਾ ਪਿਆਰ ਇਕੱਠਾ ਕਰ ਲੈਂਦੇ ਨੇ, ਕਮਾਲ ਦੇ ਮੁੜ ਕੇ ਕਰ ਦਿੰਦੇ, ਸੱਚੀ ਵੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹਨਾਂ ਦੇ ਨਾਂ ਨੂੰ ਯਾਦ ਰੱਖਦੀਆਂ ਨੇ, ਔਰ ਮੁਮਤਾਜ਼ ਵੀ ਉਹਨਾਂ ਦੇ ਵਿੱਚੋਂ ਇੱਕ ਸੀ। ਸੋ ਮੁਮਤਾਜ਼ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਇਹਨਾਂ ਦਾ ਜਨਮ ਦਾ ਨਾਮ ਮੁਮਤਾਜ਼ ਸੀ। ਹਾਂਜੀ, ਮੁਮਤਾਜ਼ ਜਹਾਂ ਬੇਗਮ ਦਹਿਲਵੀ, ਇਹ ਮਧੂਬਾਲਾ ਹੋਰਾਂ ਦਾ ਅਸਲੀ ਨਾਮ ਸੀ ਜਨਮ ਤੋਂ ਜਿਹੜਾ ਇਹਨਾਂ ਨੂੰ ਮਿਲਿਆ, ਤੇ ਇਹਨਾਂ ਦਾ ਜਨਮ 14 ਫਰਵਰੀ 1933 ਨੂੰ ਇਹਨਾਂ ਦਾ ਜਨਮ ਹੋਇਆ। ਔਰ ਤੁਸੀਂ ਇਹ ਵੇਖੋ ਕਿ ਜੇਕਰ ਐਕਟਿਵ ਈਅਰਸ ਦੀ ਗੱਲ ਕਰੀਏ ਕਿ ਜਿਹਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਜਾਂ ਨਾਮਣਾ ਖੱਟਿਆ, ਉਹ ਸਾਲ ਸੀ 1942 ਤੋਂ ਲੈ ਕੇ 1964 ਤੱਕ ਦੇ। ਔਰ ਤੁਸੀਂ ਇਹ ਵੇਖੋ ਕਿ ਇਹਨਾਂ ਨੇ ਇੱਕ ਤਾਂ ਆਪਣੀ ਬਿਊਟੀ ਦੇ ਲਈ, ਆਪਣੀ ਪਰਸਨੈਲਿਟੀ ਦੇ ਲਈ, ਆਪਣੀ ਅਦਾਕਾਰੀ ਦੇ ਲਈ, ਆਪਣੀਆਂ ਅੱਖਾਂ ਦੇ ਲਈ, ਹਨਾ, ਮੈਂ ਕੀ ਕਵਾਂ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇੱਕ ਵੱਖਰੀ ਪਛਾਣ ਬਣਾਈ ਸੀ ਮਧੂਬਾਲਾ। ਮੈਂ ਨਾ ਹਰਮਨ ਜੀ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਾਂ ਤਾਂ ਮਧੂਬਾਲਾ ਤੋਂ ਬਾਅਦ ਜੇ ਮੈਂ ਕਿਸੇ ਦਾ ਨਾਮ ਲੈਣਾ ਹੋਵੇ ਨਾ, ਤਾਂ ਮੇਰੇ ਕੋਲ ਕੋਈ ਹਸੀਨ ਐਕਟਰੈਸ ਨਹੀਂ ਵੀ ਜਿਹੜੀ ਹੁਣ ਮਧੂਬਾਲਾ ਤੋਂ ਉੱਪਰ ਆਈ ਹੋ ਵੀ ਨਹੀਂ ਸਕਦੀ, ਉਹ ਹੋ ਹੀ ਨਹੀਂ ਸਕਦੀ। ਮਤਲਬ ਕਿੰਨੇ ਸਾਲ ਹੋ ਗਏ, ਉਸ ਤੋਂ ਬਾਅਦ ਕਿੰਨੀਆਂ ਅਦਾਕਾਰਾਂ ਆਈਆਂ ਜਿਹਨਾਂ ਨੇ ਆਪਣੇ ਕਹੋ ਮਿਸ ਵਰਲਡ ਬਣੀਆਂ, ਮਿਸ ਯੂਨੀਵਰਸ ਬਣੀਆਂ, ਬਹੁਤ ਕੁਛ ਹੋ ਗਿਆ, ਪਰ ਜੋ ਖੂਬਸੂਰਤੀ ਮਧੂਬਾਲਾ ਕੋਲ ਸੀ ਨਾ, ਉਹ ਕਿਸੇ ਕੋਲ ਅੱਜ ਤੱਕ ਵੀ ਨਹੀਂ ਹੈ। ਮੈਂ ਅੱਗੇ ਕੁਸਮ ਜੀ ਨਾਲ ਗੱਲ ਕਰ ਰਹੀ ਸੀ ਵੀ ਜੇ ਮਧੂਬਾਲਾ ਦੀ ਮੈਂ ਗੱਲ ਕਰਾਂ ਤਾਂ ਕਿੰਨੀ ਕੁ ਸੋਹਣੀ ਹੋਏਗੀ, ਹਨਾ, ਵੀ ਕੈਮਰੇ ਦੇ ਥਰੂ ਤਾਂ ਆਪਾਂ ਵੇਖਿਆ ਸਾਰਿਆਂ ਨੇ, ਪਰ ਜੇ ਅਸਲੀ ਚਿਹਰੇ ਦੀ ਗੱਲ ਕੀਤੀ ਜਾਏ, ਹਨਾ, ਵੀ ਆਮੋ ਸਾਹਮਣੇ ਵੇਖਣਾ ਤਾਂ ਕਿੰਨੀ ਕੁ ਖੂਬਸੂਰਤ ਹੋਏਗੀ। ਹਰਮਨ ਜੀ, ਇਹੀ ਤਾਂ ਕਾਰਨ ਸੀ ਵੀ ਬਾਲੀਵੁੱਡ ਹੀ ਨਹੀਂ, ਹਾਲੀਵੁੱਡ ਤੋਂ ਵੀ ਇਹਨਾਂ ਨੂੰ ਜੀ ਇਹਨਾਂ ਨੂੰ ਆਫਰਸ ਆਉਂਦੀਆਂ ਸੀ ਫਿਲਮਾਂ ਦੀ, ਔਰ ਉਹਨਾਂ ਦਿਨਾਂ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਜੀ। ਸੋ ਆਪਾਂ ਇਹਨਾਂ ਦੇ ਬਾਰੇ 'ਚ ਜੇ ਹੋਰ ਕਹਿ ਲਓ ਵੀ ਇਹਨਾਂ ਦੀ ਜ਼ਿੰਦਗੀ 'ਤੇ ਝਾਤ ਮਾਰੀਏ, ਤਾਂ ਇਹਨਾਂ ਦੇ ਹੋਰ ਜਿਹੜੇ ਨਾਂ ਸੀ ਉਹ ਸੀ ਬੇਬੀ ਮੁਮਤਾਜ਼, ਮਧੂ, ਉਸ ਤੋਂ ਬਾਅਦ ਮਰਲਿਨ ਮੁੰਡਰੋ ਆਫ ਬਾਲੀਵੁੱਡ ਜੀ ਜੀ, ਇਹਨਾਂ ਨੂੰ ਕਿਹਾ ਜਾਂਦਾ ਸੀ ਕਿ ਇੰਨੀ ਖੂਬਸੂਰਤ ਸੀ ਕਿ ਇਹਨਾਂ ਨੂੰ ਬਾਲੀਵੁੱਡ ਦੀ ਮਰਲਿਨ ਮੁੰਡਰੋ ਮੰਨਿਆ ਜਾਂਦਾ ਸੀ। ਉਸ ਤੋਂ ਬਾਅਦ 'ਚ ਬਿਊਟੀ ਆਫ ਬਿਊਟੀ ਵਿਦ ਟ੍ਰੈਜਡੀ, ਇਹ ਵੀ ਇਹਨਾਂ ਦਾ ਨਾਂ ਸੀ, ਜਿਸ ਤੋਂ ਬਾਅਦ ਇਹਨਾਂ ਨੂੰ ਅਨਾਰਕਲੀ ਆਫ ਹਿੰਦੀ ਸਿਨੇਮਾ ਇਹ ਵੀ ਕਿਹਾ ਜਾਂਦਾ ਸੀ, ਦ ਵੀਨਸ ਕੁਈਨ ਆਫ ਇੰਡੀਅਨ ਸਿਨੇਮਾ, ਇਹ ਸਾਰੇ ਨਾਮ ਮਧੂਬਾਲਾ ਹੋਰਾਂ ਦੇ ਨਾਂ ਸੀ। ਔਰ ਬਹੁਤ ਥੋੜ੍ਹੇ ਸਮੇਂ ਦੇ ਲਈ ਕਹਿ ਲਓ ਜ਼ਿੰਦਗੀ ਪਰਮਾਤਮਾ ਨੇ ਇਹਨਾਂ ਨੂੰ ਦਿੱਤੀ, ਪਰ ਉਸ ਜ਼ਿੰਦਗੀ ਦੇ ਵਿੱਚ ਇਹ ਵਾਕਈ ਛਾ ਗਏ ਹਰ ਪਾਸੇ, ਪਰ ਬਹੁਤ ਸਾਰੀਆਂ ਘਟਨਾਵਾਂ ਵੀ ਇਹਨਾਂ ਦੇ ਨਾਲ ਵਾਪਰਦੀਆਂ ਰਹੀਆਂ। ਔਰ ਫਿਰ ਬੰਦਾ ਇਹ ਸੋਚਦਾ ਨਾ ਵੀ ਸੋਹਣੀਆਂ ਸ਼ਕਲਾਂ ਪਰ ਲੇਖ ਜਿਹੜੇ ਉਹ ਸ਼ਾਇਦ ਇੰਨੇ ਸੋਹਣੇ ਨਹੀਂ ਲਿਖੇ ਸੀ ਪਰਮਾਤਮਾ ਨੇ, ਕਿਉਂਕਿ ਦਿਲ ਦੇ ਵਿੱਚ ਛੇਦ ਸੀ ਇਹਨਾਂ ਦੇ।
जिदे करके इना दी मौत हो गई सी बहुत यंग एज दे विच सिर्फ 36-37 साल दी उम्र सी जदों ए इस दुनिया नू अलविदा कह गए पर जिन्नी देर भी रहे उन्नी देर लोकां नू जरूर एक कहंदे ना पिछे ला के रख्या भी उन्नी देर तां हर पासे वाह वाह कमाल कमाल हुंदी रही और मैं क्योंकि मेरी बहुत ही कह लो भी दिल दे करीब जिहड़ी एक्ट्रेस है इसलिए मैं इन्हां बारे पढ़िया भी इन्हां दे ना बचपन दे विच ही फराटेदार अंग्रेजी बोल लैंदे जी हालांकि पढ़े लिखे नहीं सी हां जी और पर कहंदे विल पावर इन्नी ज्यादा स्ट्रांग सी कि इन्हां ने बहुत घट समय च अंग्रेजी सीखी ते फराटेदार अंग्रेजी बोलन लग गए सी और हर बंदा हैरान हुंदा सी इन्हां नाल गल करके भी बिल्कुल पढ़े लिखे ना होण दे बावजूद भी इन्नी वधिया अंग्रेजी बोलनी इह भी किसे किसे दे हिस्से आउंदा है और उस तों इलावा इन्हां ने 12 साल दी उम्र च सिर्फ ड्राइविंग सिख लई सी और इन्हां नूं लोंग ड्राइव्स दा बहुत ज्यादा शौक सी ते जदों भी किते मौका मिलना ते गड्डी चकनी ते चलो हना भी ओ कल्ले रस्तियां दे उप्पर उहनां दे इन्हां ने अपने आप दे नाल समां बिताउण दे लई निकल जाणा ते जिवें मैं कहा कि मुमताज होरां दा नाम बेबी मुमताज वी सी ओ इस लई क्योंकि इन्हां ने बहुत छोटी उम्र दे विच बॉलीवुड दे विच कदम रख्या ते ओह कदम रख्या सी सिर्फ घर दी रोटी चलाउण दे लई क्योंकि इन्हां दे जिहड़े पिता जी आ उहनां दी नौकरी खुस गई सी ते उस नौकरी खुसण तों बाद च वी घर दा तोरी फुलका किवें तोरना है ते 9 साल दी उम्र च बॉलीवुड दे विच कदम रख्या ते ओह इक छोटा जिहा रोल सी और जिहड़ी फिल्म सी ओह सी बरसात और मैं भी इन्हां बारे पढ़िया सी किते भी इन्हां दे पिता बहुत सख्त सुभाअ दे सी बहुत ज्यादा सख्त सुभाअ दे और बहुत सारियां थावां दे उपर ए भी थानू लिखिया होया मिलदा है भी जेकर जिहड़ियां ट्रैजेडीज मधुबाला होरां दे नाल होईयां चाहे ओह आपां गल कर लईए दलीप कुमार होरां दे नाल ब्रेकअप दी चाहे ओह गल कर लईए कि भी बहुत कह लो भी थोड़ियां फिल्मां जिहड़ियां हिट हो पाईयां उहदे पिछे कारण इही मन्निया जांदा भी इन्हां दे पिता जी दी बहुत ज्यादा इंटरफेरेंस सी और इह कहा जांदा कि जिहदे करके इह थोड़ा जिहा भी एक ट्रैजेडीज जिहड़ियां ओह जल्दी इन्हां नूं मिलदियां रहियां सो मधुबाला होरां ने 9 साल दी उम्र च जिहड़ा बरसात च रोल कीता उस तों बाद च एक्चुअली इन्हां दी एक्टिंग करियर दी गल करिए तो उहदी शुरुआत होई सी 1947 दे विच जदों इन्हां ने अपनी जिहड़ी पहली डेब्यू फिल्म है ओह राज कपूर होरां दे ऑपोजिट कीती सी उदों उम्र सी सिर्फ 14 साल दी और ओह फिल्म सी नील कमल जी उस तों बाद विच इन्हां ने अपने करियर दे विच 22 साल दा कोई निड़तड़े करियर रिहा जिहदे विच कि 73 फिल्मां दे विच काम कीता 73 फिल्म्स उन्हां विच बहुत घट सिर्फ 15 फिल्मां हिट होईयां पर मैं ताही हैरान सी ਕਿ 73 ਫਿਲਮਾਂ ਕੀਤੀਆਂ 15 ਫਿਲਮਾਂ ਹਿੱਟ ਪਰ ਨਾਮ ਤਾਂ ਵੀ ਇੰਨਾ ਜ਼ਿਆਦਾ 15 ਫਿਲਮਾਂ ਕਰਕੇ ਹੀ ਕੋਈ ਬੰਦਾ ਇੰਨਾ ਹਿੱਟ ਹੋ ਗਿਆ ਵੀ ਅੱਜ ਤੱਕ ਉਹਨਾਂ ਦੇ ਦੀਵਾਨੇ ਜਿਹੜੇ ਨੇ ਮੌਜੂਦ ਨੇ ਤੁਸੀਂ ਇਹ ਵੇਖੋ ਕਿ ਮੈਂ ਇੱਕ ਚੀਜ਼ ਤੋਂ ਹੋਰ ਹੈਰਾਨ ਹੋਈ ਕਿ ਅੱਜ ਤਾਈਂ ਅਵਾਰਡ ਨਹੀਂ ਕੋਈ ਮਿਲਿਆ ਸਿਰਫ ਫਿਲਮ ਫੇਅਰ ਅਵਾਰਡ ਦੇ ਲਈ ਨੋਮੀਨੇਸ਼ਨ ਹੋਈ ਸੀ ਪਰ ਅਵਾਰਡ ਉਹ ਵੀ ਕੋਈ ਹੋਰ ਜਿੱਤ ਕੇ ਲੈ ਗਿਆ ਸੀ ਇਹਨਾਂ ਦੇ ਹਿੱਸੇ ਅਵਾਰਡ ਵੀ ਨਹੀਂ ਆਇਆ ਹਨਾ ਤੇ ਉਸ ਤੋਂ ਬਾਅਦ 'ਚ ਜੇ ਇਹਨਾਂ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਜਿਵੇਂ ਮੈਂ ਪਹਿਲਾਂ ਕਿਹਾ ਵੀ 22 ਸਾਲ ਦਾ ਇਹਨਾਂ ਦਾ ਕਰੀਅਰ ਸੀ ਜਿਹਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਜਿਹਦੇ ਚਾਹੇ ਆਪਾਂ ਮਹਿਲ ਦੀ ਗੱਲ ਕਰ ਲਈਏ ਦੁਲਾਰੀ ਦੀ ਗੱਲ ਕਰ ਲਈਏ ਚਲਤੀ ਕਾ ਨਾਮ ਗਾੜੀ ਦੀ ਗੱਲ ਕਰ ਲਈਏ ਤੇ ਚਾਹੇ ਫਿਰ ਉਹ ਮੁਗਲੇ ਆਜ਼ਮ ਦੀ ਗੱਲ ਕਰ ਲਈਏ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਬਾਲੀਵੁੱਡ ਦੀ ਝੋਲੀ ਵਿੱਚ ਪਾਈਆਂ ਤੁਸੀਂ ਯਕੀਨ ਕਰੋਗੇ ਹਰਮਨ ਜੀ ਕਿ ਮੁਗਲੇ ਆਜ਼ਮ ਫਿਲਮ ਸਿਰਫ ਮਧੂਬਾਲਾ ਕਰਕੇ ਮੈਂ ਕੋਈ 8 ਜਾਂ 10 ਵਾਰੀ ਵੇਖੀ ਹੋਣੀ ਆ ਔਰ ਮੈਨੂੰ ਹਰ ਵਾਰ ਉਹ ਫਿਲਮ ਨਵੀਂ ਲੱਗਦੀ ਆ ਔਰ ਇਹਨਾਂ ਦੀ ਖੂਬਸੂਰਤੀ ਮਤਲਬ ਹਰ ਵਾਰੀ ਖਿੱਚਦੀ ਆ ਮਨ ਨੂੰ ਤੁਸੀਂ ਇੱਕ ਵਾਰੀ ਫੇਰ ਦੇਖ ਲਾ ਮੈਂ ਜਿੰਨੀ ਵਾਰ ਉਹ ਫਿਲਮ ਆਉਂਦੀ ਹੈ ਟੀਵੀ ਦੇ ਉੱਤੇ ਮੇਰੇ ਪਿਤਾ ਜੀ ਮਤਲਬ ਹੀ ਨਹੀਂ ਵੀ ਚੈਨਲ ਬਦਲ ਦੇਣ ਸੱਚੀ ਜੇਕਰ ਮੈਨੂੰ ਲੱਗਦਾ ਵੀ ਜੇਕਰ ਉਹ 50 ਵਾਰ ਫਿਲਮ ਆਈ ਹੋਏਗੀ ਤਾਂ ਉਹਨਾਂ ਨੇ 50 ਵਾਰ ਪੂਰੀ ਵੇਖੀ ਹੋਏਗੀ ਤੇ ਵਾਹ 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 ਕਿਆ ਹੋਏਗਾ ਇੰਨੀ ਵਧੀਆ ਬਣੀ ਵੀ ਉਹਨੂੰ ਵਾਰ ਵਾਰ ਵੇਖੋ ਉਦੋਂ ਹੀ ਨਵੀਂ ਲੱਗਦੀ ਆ ਔਰ ਬਿਲਕੁਲ ਬੋਰ ਨਹੀਂ ਕਰਦੀ ਤੁਹਾਨੂੰ ਭਾਵੇਂ ਕਿ ਤੁਸੀਂ ਪਹਿਲਾਂ ਵੇਖੀ ਹੁੰਦੀ ਆ ਫਿਰ ਵੀ ਉਹਦੇ ਡਾਇਲੌਗਸ ਜਿਹੜੇ ਇੰਨੇ ਵਧੀਆ ਲਿਖੇ ਹੋਏ ਆ ਇਹਦੀ ਖੂਬਸੂਰਤੀ ਇੰਨੇ ਵਧੀਆ ਤਰੀਕੇ ਦਿਖਾਈ ਹੋਈ ਆ ਔਰ ਮੈਨੂੰ ਮੁਗਲੇ ਆਜ਼ਮ ਫਿਲਮ ਨਾਲ ਜੁੜਿਆ ਇੱਕ ਕਿੱਸਾ ਯਾਦ ਆ ਗਿਆ ਕਹਿੰਦੇ ਉਦੋਂ ਦਲੀਪ ਕੁਮਾਰ ਦੇ ਨਾਲ ਇਹਨਾਂ ਦੀ ਲੜਾਈ ਚੱਲ ਰਹੀ ਸੀ ਬ੍ਰੇਕਅਪ ਦੇ ਨੇੜੇ ਸੀਗੀ ਔਰ ਕਾਫੀ ਦੇਰ ਇਹਨਾਂ ਦੇ ਬ੍ਰੇਕਅਪ ਕਰਕੇ ਉਹ ਰੁਕੀ ਵੀ ਰਹੀ ਫਿਲਮ ਜੀ ਤੁਸੀਂ ਵੇਖੋ 9 ਸਾਲ ਦਾ ਰਿਲੇਸ਼ਨ ਸੀ ਉਹਨਾਂ ਦੇ ਜੀ 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 ਹੈਨਾ ਔਰ ਮੈਂ ਕਿੱਸੇ ਦੀ ਇਹਦੀ ਗੱਲ ਕਰ ਰਹੀ ਸੀ ਕਿ ਜਦੋਂ ਇੱਕ ਸੀਨ ਆਉਂਦਾ ਹੈ ਵੀ ਦਲੀਪ ਕੁਮਾਰ ਨੇ ਮਧੂਬਾਲਾ ਨੂੰ ਥੱਪੜ ਮਾਰਨਾ ਹੁੰਦਾ ਤੇ ਉਹ ਥੱਪੜ ਦਲੀਪ ਕੁਮਾਰ ਨੇ ਸੱਚੀ ਮਾਰ ਦਿੱਤਾ ਸੀ ਜੀ ਤੇ ਜਦੋਂ ਉਸ ਥੱਪੜ ਦੀ ਗੂੰਜ ਸਾਰੇ ਪਾਸੇ ਪਈ ਨਾ ਤੇ ਸਾਰੇ ਡਰ ਗਏ ਵੀ ਆਹ ਕੀ ਹੋਇਆ ਵੀ ਇਹ ਤਾਂ ਐਕਟਿੰਗ ਕਰਨੀ ਸੀ ਤੇ ਸੱਚੀ ਇਹਨਾਂ ਨੇ ਥੱਪੜ ਮਾਰ ਦਿੱਤਾ ਤੇ ਇਹੋ ਜਿਹਾ ਉਹ ਕਹਿ ਲਓ ਵੀ ਕਿੱਸਾ ਸੀਗਾ ਜਿਹਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਔਰ ਜਿਵੇਂ ਤੁਸੀਂ ਹਾਲੀਵੁੱਡ ਦੀ ਗੱਲ ਕੀਤੀ ਸੀ ਤੇ ਇਹ ਮੰਨਿਆ ਜਾਂਦਾ ਕਿ ਇੰਡੀਅਨ ਪਹਿਲੀ ਹੀਰੋਇਨ ਸੀ ਜਿਹਨੂੰ ਹਾਲੀਵੁੱਡ ਤੋਂ ਸੁਨੇਹਾ ਆਇਆ ਸੀ ਵੀ ਆਓ ਸਾਡੇ ਨਾਲ ਕੰਮ ਕਰੋ 1951 ਦੇ ਵਿੱਚ ਜਿਹੜੇ ਇੱਕ ਬਹੁਤ ਮਸ਼ਹੂਰ ਕਹਿ ਲਓ ਫੋਟੋਗ੍ਰਾਫਰ ਸੀਗੇ ਉਹਨਾਂ ਨੇ ਆ ਕੇ ਤੇ ਮਧੂਬਾਲਾ ਹੋਰਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਖਿੱਚੀਆਂ ਸੀ ਉਹਨਾਂ ਦਾ ਨਾਮ ਸੀ ਜੇਮਸ ਬਰਖੇ ਤੇ ਉਹਨਾਂ ਨੇ ਲਾਈਫ ਟਾਈਮ ਮੈਗਜ਼ੀਨ ਦੇ ਲਈ ਇਹਨਾਂ ਦੀਆਂ ਤਸਵੀਰਾਂ ਖਿੱਚੀਆਂ ਔਰ ਉਸ ਤੋਂ ਬਾਅਦ ਹੀ ਇਹਨਾਂ ਨੂੰ ਕਹਿੰਦੇ ਕਿ ਹਾਲੀਵੁੱਡ ਤੋਂ ਜਿਹੜੇ
ਸੁਨੇਹੇ ਆਉਣੇ ਸ਼ੁਰੂ ਹੋ ਗਏ ਸੀ। ਫਰੈਂਕ ਕਾਪਰਾ ਹੋਰਾਂ ਨੇ ਇਹਨਾਂ ਨੂੰ ਸੱਦਾ ਭੇਜਿਆ ਸੀ ਹਾਲੀਵੁੱਡ ਦੇ ਲਈ, ਪਰ ਉਦੋਂ ਇਹਨਾਂ ਦੇ ਪਿਤਾ ਜੀ ਨੇ ਮਨਾ ਕਰਤਾ ਸੀ ਵੀ ਹਾਲੀਵੁੱਡ 'ਚ ਨਹੀਂ ਜਾਏਗੀ। ਤੇ ਅਜੇ ਪੈਟਸ ਦੀ ਗੱਲ ਕਰੀਏ, ਕੁੱਤਿਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ, ਔਰ 18 ਕੁੱਤੇ, ਓ ਮਾਈ ਗਾਡ ਜੀ, ਕਈ ਥਾਵਾਂ ਤੇ 18 ਕੁੱਤਿਆਂ ਦਾ ਜ਼ਿਕਰ ਵੀ ਹੈ ਵੀ ਜਦੋਂ ਇਹਨਾਂ ਦੇ ਘਰੇ ਕੋਈ ਜਾਂਦਾ ਸੀ ਨਾ, ਮਿਲਿਆ 18 ਕੁੱਤੇ ਉਸ ਘਰ ਦੇ ਵਿੱਚ। ਮੈਂ ਚਾਹੁੰਦੀ ਆਖਿਰ ਦੇ ਵਿੱਚ ਉਹਨਾਂ ਦਾ ਇੱਕ ਗਾਣਾ ਆਪਾਂ ਹੋਰ ਜ਼ਰੂਰ ਗਾਈਏ। ਜ਼ਰੂਰ, ਇਹ ਮੇਰੀ ਦਿਲ ਇੱਛਾ ਸੀ, ਆਪਾਂ ਉਹ ਗਾਣੇ ਆ ਜਬ ਪਿਆਰ ਕੀਆ ਤੋ ਡਰਨਾ ਗਿਆ, ਕਿਉਂਕਿ ਪਿਆਰ ਦਾ ਦਿਨ ਹੈ ਜੀ, ਤੇ ਉਹ ਜ਼ਰੂਰ ਗਾ ਦੇਈਏ, ਹੈ ਨਾ। ਜਬ ਪਿਆਰ ਕੀਆ ਤੋ ਡਰਨਾ ਕਿਆ, ਜਬ ਪਿਆਰ ਕੀਆ ਤੋ ਡਰਨਾ ਕਿਆ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਵੂਮਨ ਦੇ ਵਿੱਚ, ਤੇ ਹੁਣ ਗੱਲਾਂ ਬਾਤਾਂ ਨੂੰ ਅੱਗੇ ਤੋਰਦੇ ਹਾਂ। ਵੈਸੇ ਨਾ ਅਰਮਨ ਜੀ, ਆਪਾਂ ਅੱਜ ਦੋਵਾਂ ਨੇ ਕੁਦਰਤੀ ਲਾਲ ਲਾਲ ਰੰਗ ਪਾ ਲਿਆ, ਇਹ ਤੁਸੀਂ ਮਤਲਬ ਇਹ ਜਾਣ ਕੇ ਪਾ ਕੇ ਆਏ ਵੀ ਕਿਵੇਂ ਕੀ? ਨਹੀਂ, ਅਸਲ 'ਚ ਅੱਜ ਠੰਡ ਬਹੁਤ, ਠੰਡ ਕਰਕੇ ਲਾਲ ਰੰਗ ਪਾ ਲਿਆ। ਨਹੀਂ ਨਹੀਂ, ਕਿਉਂਕਿ ਇਹ ਸਵੈਟਰ ਨਿੱਘਾ। ਅੱਛਾ, ਇਹ ਸ਼ਰਟ ਕਹਿ ਲਓ, ਸਵੈਟ ਸ਼ਰਟ ਕਹਿ ਲਓ, ਹੈ ਨਾ, ਇਹ ਨਿੱਘੀ ਹੈ। ਇਹ ਸਾਡੇ ਦਰਸ਼ਕਾਂ ਨੂੰ ਇਹ ਲੱਗਦਾ ਹੋਣਾ ਵੀ ਇਹ ਜਾਣ ਕੇ ਪਾ ਕੇ ਆਈ ਹਾਂ, ਮੈਂ ਵੀ ਜਦੋਂ ਰੰਗ ਪਾ ਲਿਆ ਨਾ, ਮੈਨੂੰ ਨਹੀਂ ਪਤਾ ਸੀਗਾ ਵੀ ਵੈਲੈਂਟਾਈਨ ਡੇ, ਮੇਰੇ ਦਿਮਾਗ 'ਚ ਹੀ ਨਹੀਂ ਸੀਗਾ, ਹੈ ਨਾ। ਵੈਲੈਂਟਾਈਨ ਦਾ ਤਾਂ ਪਤਾ ਹੋਵੇ ਜੇ ਬੰਦਾ ਛੜਾ ਛੰਡ ਨਾ ਹੋਵੇ, ਤੇ ਨਾ ਮੈਂ ਜਦੋਂ ਪਾ ਲਿਆ ਰੰਗ ਤੇ ਪਾ ਕੇ ਖੜੀ ਹੋ ਗਈ, ਹੈ ਤਾਂ ਪੁਰਾਣਾ ਹੀ, ਇਹ ਕਿਹੜਾ ਨਵਾਂ। ਤੇ ਮੇਰੇ ਨਾਲ ਜਿਹੜੀ ਕੁੜੀ ਰਹਿੰਦੀ ਆ ਕਮਰੇ 'ਚ, ਉਹ ਕਹਿੰਦੀ ਅੱਛਾ ਅੱਜ ਵੈਲੈਂਟਾਈਨ ਡੇ ਕਰਕੇ ਪਾਇਆ, ਫਿਰ ਮੈਨੂੰ ਉਹ ਅੱਛਾ, ਮੈਂ ਕਿਹਾ ਅੱਜ ਵੈਲੈਂਟਾਈਨ ਡੇ ਆ, ਮੈਂ ਕਿਹਾ ਚਲੋ ਕੁਦਰਤੀ ਪੈ ਗਿਆ। ਤੇ ਹਾਂ, ਇਹਨਾਂ ਨੇ ਕਿ ਵੇਖਿਆ ਤੇ ਹਰਮਨ ਜੀ ਵੀ, ਮੈਂ ਕਿਹਾ ਕਮਾਲ ਹੋ ਗਈ, ਆਪਣੇ ਆਪ ਨੂੰ ਆਪਣਾ ਵੈਲੈਂਟਾਈਨ ਮੰਨਣਾ ਚਾਹੀਦਾ, ਖੁਸ਼ ਰਹਿ ਕਰੋ, ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ, ਆਪਣੀ ਸ਼ਖਸੀਅਤ ਦਾ ਵਿਕਾਸ ਕਰਨਾ ਚਾਹੀਦਾ, ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਖੁਸ਼ ਰਹਿਣਾ ਚਾਹੀਦਾ, ਜ਼ਿੰਦਗੀ ਨੂੰ ਮੰਨਣਾ ਚਾਹੀਦਾ। ਸੋ ਵੈਲੈਂਟਾਈਨ ਡੇ ਦੀ ਜੇ ਗੱਲ ਹੋ ਰਹੀ ਹੈ, ਤੇ ਆਪਾਂ ਮਧੂਬਾਲਾ ਦੀ ਕਹਾਣੀ ਤਾਂ ਜਿਹੜੀ ਆ ਉਹ ਸ਼ੇਅਰ ਕਰ ਦਿੱਤੀ। ਅੱਜ ਮੈਂ ਜਿਹੜੀਆਂ ਦੋ ਕਹਾਣੀਆਂ ਲੈ ਕੇ ਆਈਆਂ ਵੈਲੈਂਟਾਈਨ ਡੇ ਸਪੈਸ਼ਲ ਕਹਾਣੀਆਂ, ਇੱਕ ਤਾਂ ਹੈ 18ਵੀਂ ਸਦੀ ਦੀ, ਓਹ ਪੁਰਾਣੇ, ਬਹੁਤ ਪੁਰਾਣੀ ਕਹਾਣੀ ਪਰ ਬਹੁਤ ਫੇਮਸ ਲਵ ਸਟੋਰੀ, ਔਰ ਇੱਕ ਅੱਜ ਦੀ ਵਰਤਮਾਨ ਦੀ ਕਹਾਣੀ, ਜਿਹੜੀ ਮੈਨੂੰ ਲੱਗਦਾ ਤੁਲਨਾ ਕਰੋਗੇ, ਤੁਲਨਾ ਕਰਾਂਗੇ, ਪਰ ਪਹਿਲਾਂ ਦੀ ਕਹਾਣੀ ਸੁਣ ਕੇ ਤੁਸੀਂ ਕਹੋਗੇ ਵਾਹ, ਤੇ ਅੱਜ ਦੀ ਕਹਾਣੀ ਸੁਣ ਕੇ ਤੁਸੀਂ ਕਹੋਗੇ ਸਵਾਹ। ਆਉਣ ਦਿਓ ਫਿਰ। ਜਿਹੜੀ ਮੈਂ ਪੁਰਾਣੀ ਕਹਾਣੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਆ, ਉਹ ਬਹੁਤ ਸਾਲ ਪੁਰਾਣੀ ਕਹਾਣੀ ਆ, ਔਰ ਇਤਿਹਾਸਿਕ ਸ਼ਹਿਰ ਨਾਹਨ ਦੀ ਇਹ ਕਹਾਣੀ ਆ, ਔਰ ਉਹਦੇ ਇਤਿਹਾਸ ਦੇ ਪੰਨਿਆਂ 'ਤੇ ਲਿਖੀ ਹੋਈ ਇਹ ਕਹਾਣੀ ਆ, ਕਿ ਉਦੋਂ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ, ਅਤੇ ਇੱਕ ਅੰਗਰੇਜ਼ ਅਫਸਰ ਸੀ, ਉਹਨਾਂ ਦੀ ਜਿਹੜੀ ਪਤਨੀ ਸੀ ਉਹਦੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਸੀ, ਪਰ ਹੋਇਆ ਇਹ ਵੀ ਪਤਨੀ ਤੋਂ, ਮਤਲਬ ਉਹ ਬਹੁਤ ਪਹਿਲਾਂ ਉਹਨਾਂ ਦਾ ਦੇਹਾਂਤ ਹੋ ਗਿਆ, ਵੀ ਪਤਨੀ ਉਹਨਾਂ ਤੋਂ ਬਾਅਦ ਬਹੁਤ ਦੇਰ ਜਿਉਂਦੀ ਰਹੀ, ਅਤੇ ਉਹਨਾਂ ਦਾ ਦੇਹਾਂਤ ਪਹਿਲਾਂ ਹੋ ਗਿਆ ਸੀ, ਪਰ ਉਹਨਾਂ ਦੀ ਪਤਨੀ ਨੇ ਇਹ ਠਾਣ ਲਿਆ ਸੀ ਕਿ ਜਿੱਦਣ ਮੇਰਾ ਦੇਹਾਂਤ ਹੋਇਆ ਉਸ ਦਿਨ ਮੈਂ ਆਪਣੇ ਪਤੀ ਦੀ ਕਬਰ ਦੇ ਨਾਲ ਹੀ ਆਪਣੀ ਕਬਰ ਬਣਵਾਉਣੀ ਆ, ਉਹਨਾਂ ਦੇ ਨਾਲ ਹੀ ਦਫ਼ਨ ਹੋਣਾ ਹੈ, ਇਹਨਾਂ ਦੋਵਾਂ ਦਾ ਪਿਆਰ ਸੀਗਾ। ਇਹਨਾਂ ਦਾ ਨਾਮ ਹੈ ਲੇਡੀ ਲੂਸੀਆ ਪਿਆਰਸਾਲ। ਅੱਛਾ ਜੀ। ਔਰ ਇਹਨਾਂ ਨੇ 38 ਸਾਲ ਮੌਤ ਦਾ ਇੰਤਜ਼ਾਰ ਕੀਤਾ ਵੀ ਤਾਂ ਕਿ ਮੈਂ ਆਪਣੀ ਜਿਹੜੇ ਪਤੀ ਆ ਉਹਨਾਂ ਦੀ ਕਬਰ ਦੇ ਨਾਲ ਆਪਣੀ ਕਬਰ ਬਣਵਾ ਸਕਾਂ, 38 ਸਾਲ। ਤੇ ਉਹ ਕਹਿੰਦੇ ਵੀ ਉਹਨਾਂ ਦੀ ਨਾ ਯਾਦ ਦੇ ਵਿੱਚ ਉਹ ਬਹੁਤ ਰੋਂਦੀ ਹੁੰਦੀ ਸੀ, ਕਿਉਂਕਿ ਉਹ ਬਹੁਤ ਪਹਿਲਾਂ ਚਲੇ ਗਏ ਸੀਗੇ, ਤੇ ਉਹਨਾਂ ਦੇ ਜਿਹੜੇ ਪਤੀ ਸੀਗੇ ਉਦੋਂ ਅੰਗਰੇਜ਼ ਸ਼ਾਸਨ ਦੇ ਵਿੱਚ ਡਾਕਟਰ ਹੁੰਦੇ ਸੀਗੇ, ਤੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਇਹ ਲੇਡੀ ਲੂਸੀਆ ਹੈ ਉਹਨਾਂ ਦੇ ਉਦੋਂ ਦੀਆਂ ਸੇਵਾਵਾਂ ਬਹੁਤ ਸਾਲਾਂ ਤੱਕ ਨਿਭਾਉਂਦੀ ਰਹੀ, ਔਰ ਉੱਥੋਂ ਦੇ ਜਿਹੜੇ ਲੋਕ ਸੀਗੇ ਉਹਨਾਂ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਸੀ, ਇੱਜ਼ਤ ਕਰਦੇ ਸੀ ਵੀ ਇਹ ਡਾਕਟਰ ਸਾਹਿਬ ਦੀ ਪਤਨੀ ਹੈ, ਅਤੇ ਉਹਨਾਂ ਦੀਆਂ ਸੇਵਾਵਾਂ ਸਾਡੇ ਤੱਕ ਪਹੁੰਚਾਉਂਦੀ, ਔਰ ਬਹੁਤ ਥੋੜ੍ਹੀ ਜਿਹੀ ਫੀਸ ਲੈਂਦੀ ਸੀ ਉਹ ਉਹਨਾਂ ਦੀਆਂ ਜਿਹੜੀਆਂ ਡਾਕਟਰੀ ਸੇਵਾਵਾਂ ਨਿਭਾਉਣ ਦੇ ਲਈ, ਔਰ ਕਾਫੀ ਸਾਲ ਇਹ ਕੰਮ ਕਰਦੇ ਰਹੇ, ਔਰ ਉਸ ਤੋਂ ਬਾਅਦ 1883 ਦੇ ਵਿੱਚ ਇਹਨਾਂ ਦੇ ਪਤੀ ਦੀ ਮੌਤ ਹੋਈ ਸੀ, ਅਤੇ 1835 ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਪੈਸੇ ਖਰਚ ਕੇ ਨਾ, ਭਾਰੀ ਭਰਕਮ ਇੱਕ ਰਕਮ ਜਿਹੜੀ ਖਰਚ ਕਰਕੇ ਇਹਨਾਂ ਨੇ ਆਪਣੇ ਪਤੀ ਦੀ ਜਿਹੜੀ ਕਬਰ ਆ ਉਹਨੂੰ ਪੱਕਾ ਬਣਾਇਆ ਸੀ, ਔਰ ਉਹਨੂੰ ਇੱਕ ਗੁੰਬਦ ਨੁਮਾ ਕਹਿ ਲਓ ਸ਼ਕਲ ਦਿੱਤੀ ਸੀਗੀ, ਔਰ ਉਸ ਸਮੇਂ ਦੇ ਵਿੱਚ ਉਹ ਬਹੁਤ ਮਹਿੰਗੀ ਪੈਣੀ ਸੀਗੀ, ਔਰ ਇਹਨਾਂ ਨੇ ਕਿਉਂਕਿ ਅਹਿਦ ਕੀਤਾ ਹੋਇਆ ਸੀ ਕਿ ਮੈਂ ਉਹਨਾਂ ਦੇ ਨਾਲ ਹੀ ਕਬਰ ਬਣਵਾਉਣੀ ਆ, ਅਤੇ ਉੱਥੋਂ ਦੇ ਜਦੋਂ ਅੰਗਰੇਜ਼ ਅਫਸਰ ਸੀ ਜਿਹੜੇ ਸੀਗੇ ਉਹਨਾਂ ਦੇ ਜਿਹੜਾ ਮਹਾਰਾਜਾ ਸੀ ਉਸ ਟਾਈਮ ਦਾ, ਉਸ ਸ਼ਾਸਨ ਕਾਲ ਦਾ, ਉਹਨਾਂ ਤੋਂ ਇਜਾਜ਼ਤ ਮੰਗੀ ਕਿ ਮੈਨੂੰ ਉਹਨਾਂ ਦੇ ਨਾਲ ਕਬਰ ਬਣਵਾਉਣ ਲਈ ਜਗ੍ਹਾ ਦਿੱਤੀ ਜਾਵੇ। ਹੁਣ ਕਿਉਂਕਿ ਜਿਹੜੇ ਮਹਾਰਾਜ ਸੀ ਮਹਾਰਾਜਾ ਸੀਗਾ ਉਹਨਾਂ ਦਾ ਵੀ ਬਹੁਤ ਚਹੇਤਾ ਸੀ, ਜਿਹੜਾ ਡਾਕਟਰ ਜਿਹੜੇ ਸੀਗੇ ਡਾਕਟਰ ਪਿਆਰਸਾਲ ਉਹਨਾਂ ਦੇ ਬਹੁਤ ਚਹੇਤੇ ਸੀ, ਇਸ ਲਈ ਉਹਨਾਂ ਦੀ ਪਤਨੀ ਨੂੰ ਉਹਨਾਂ ਨੇ ਬਹੁਤ ਸੌਖਿਆਂ ਹੀ ਮਤਲਬ ਇਜਾਜ਼ਤ ਦੇ ਦਿੱਤੀ ਵੀ ਠੀਕ ਆ ਤੁਸੀਂ ਉਹਨਾਂ ਦੇ ਨਾਲ ਨਾ ਕਬਰ ਬਣਵਾਉਣ ਲਈ ਤੁਹਾਨੂੰ ਇਜਾਜ਼ਤ ਦਿੰਦੇ ਸੀ, ਉਹ ਤੁਹਾਡੇ 'ਤੇ ਜਿਹੜਾ ਪੈਸਾ ਉਹ ਜ਼ਰੂਰ ਲਗਾਵਾਂਗੇ, ਔਰ ਇਹ ਫਿਰ ਉਹਨਾਂ ਦੀ ਜਿਹੜੀ ਇੱਛਾ ਆ ਜਿਹੜੀ ਨਾਲ ਦਫ਼ਨ ਹੋਣ ਦੀ ਜਿਹੜੀ ਇੱਛਾ ਸੀ ਉਹ 1921 ਦੇ ਵਿੱਚ ਪੂਰੀ ਹੋਈ, 1883 ਤੋਂ 1921 ਤੱਕ ਉਹਨਾਂ ਨੇ ਜਿਹੜਾ ਉਹ ਵੇਟ ਕੀਤੀ ਵੀ ਮੈਂ ਉਹਨਾਂ ਦੇ ਨਾਲ ਜਾ ਕੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਮਤਲਬ ਜਿਉਂਦੇ ਜੀ ਤਾਂ ਅਸੀਂ ਦੂਰ ਹੋ ਗਏ ਹਾਂ ਪਰ ਮਰਨ ਤੋਂ ਬਾਅਦ ਅਸੀਂ ਇਕੱਠੇ ਰਹੀਏ, ਔਰ ਹੁਣ ਵੀ ਕਹਿੰਦੇ ਜੇ ਨਾਹਨ ਅਸੀਂ ਸ਼ਹਿਰ 'ਚ ਜਾਂਦੇ ਹਾਂ ਇਤਿਹਾਸਿਕ ਸ਼ਹਿਰ ਦੇ ਵਿੱਚ ਤਾਂ ਅੱਜ ਵੀ ਉਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਨੇ, ਅਤੇ ਉਹਨਾਂ ਨੂੰ ਲਵ ਕਪਲਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਯਾਦ ਕੀਤਾ ਜਾਂਦਾ ਵੀ ਇਹਨਾਂ ਦੇ ਪਿਆਰ ਦੀ ਮਿਸਾਲ ਦਿੰਦੇ ਨੇ ਲੋਕ। ਵਾਹ, ਕੀ ਬਾਤ ਹੈ।
कमाल हो गई, सच्ची बड़ा मजा आया है कहानी सुन के। पर हुण मैं उत्सुक हां वी अज दे दौर दी केड़ी कहानी है ओ सुनाओ। जेड़ी अज दे दौर दी कहानी है ना, अजकल एक ट्विटर ते ना एक ट्वीट बहुत ज्यादा अग्गे दे अग्गे ट्वीट हो रहा है और बहुत फेमस हो रहा है। ए जेड़ा ट्वीट कीता है नूरहान अल हशीश नाम दे बंदे ने, और इने ना अपनी एंगेजमेंट दी फोटो पाई हुई है, वी दोवां दी एंगेजमेंट हो गई है मुंडे कुड़ी दी, हालांकि जेड़ी मंगेतर ओदा नाम नहीं दस्या। पर तुसी ए सोच के मैं बहुत हसी भी इना दी मुलाकात ਸਾਨੂੰ ਪਿਆਰ ਹੋ ਗਿਆ ਤੇ ਆ ਹੁਣੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਅੰਗੇਜਮੈਂਟ ਕੀਤੀ ਆ ਤੇ ਬਹੁਤ ਜਲਦ ਕਹਿੰਦੇ ਅਸੀਂ ਵਿਆਹ ਕਰਾ ਲਾਂਗੇ। ਨਹੀਂ ਛੇਤੀ ਕਰਾ ਲਓ ਭਾਈ, ਜਦੋਂ ਦੋਵਾਂ ਦੇ ਹਨਾ ਸੁਭਾਅ ਮਿਲਦਾ ਹੋਵੇ, ਚੋਇਸ ਮਿਲਦੀ ਹੋਵੇ ਤੇ ਫਿਰ ਤਾਂ ਮੌਕਾ ਗਵਾਉਣਾ ਹੀ ਨਹੀਂ ਚਾਹੀਦਾ, ਕਿਉਂਕਿ ਬਹੁਤ ਸਾਰੇ ਘਰ ਟੁੱਟਣ ਦਾ ਕਾਰਨ ਇਹ ਹੁੰਦਾ ਵੀ ਦੋਵਾਂ ਦੀ ਆਪਸ ਦੇ ਵਿੱਚ ਕਹਿ ਲਓ ਵੀ ਸੋਚ ਆਪਸ 'ਚ ਪਸੰਦ ਨਹੀਂ ਮਿਲਦੀ ਹੁੰਦੀ। ਤੁਸੀਂ ਦੋਵੇਂ ਪਬਜੀ ਖੇਡਣ ਵਾਲੇ ਹੋ, ਤੁਹਾਨੂੰ ਤਾਂ ਫਟਾਫਟ ਵਿਆਹ ਕਰਾਉਣਾ ਚਾਹੀਦਾ, ਆਰਾਮ ਨਾਲ ਆਉਣਗੇ ਆਪਣੇ ਨਿਆਣਿਆਂ ਨਾਲ ਮਿਲ ਕੇ ਬਾਅਦ 'ਚ ਪਬਜੀ ਟੂਰਨਾਮੈਂਟ ਕਰਿਆ ਕਰਨਗੇ ਹਨਾ। ਮੈਂ ਕੁਸਮ ਜੀ ਬੜੀ ਹੈਰਾਨ ਹੋਈ, ਮੈਂ ਅੱਗੇ ਵੀ ਤਾਂ ਜ਼ਿਕਰ ਕੀਤਾ ਵੀ ਮੈਂ ਇੱਕ ਪੋਸਟ ਪੜ੍ਹੀ ਫੇਸਬੁੱਕ ਦੇ ਉੱਪਰ ਜਿੱਥੇ ਲਿਖਿਆ ਹੋਇਆ ਸੀ ਵੀ ਅੱਗੇ ਤਾਂ ਟੂਰਨਾਮੈਂਟ ਹੁੰਦੇ ਸੀ, ਕਬੱਡੀ ਟੂਰਨਾਮੈਂਟ, ਹਾਕੀ ਟੂਰਨਾਮੈਂਟ, ਵਾਲੀਬਾਲ ਟੂਰਨਾਮੈਂਟ, ਹਨਾ ਇਹੀ ਸੁਣਦੇ ਰਹੇ ਹੋ ਤੁਸੀਂ ਵੀ। ਲਿਖਿਆ ਸੀ ਪਬਜੀ ਟੂਰਨਾਮੈਂਟ, ਕਮਾਲ ਹੋ ਗਈ, ਤੇ ਜਿੱਤਣ ਵਾਲੇ ਲਈ ਵੀ ਕੈਸ਼ ਪ੍ਰਾਈਜ਼, ਤੇ ਸੈਕਿੰਡ ਰਨਰ ਅਪ ਲਈ ਵੀ ਕੈਸ਼ ਪ੍ਰਾਈਜ਼, ਫਸਟ ਰਨਰ ਅਪ ਲਈ ਵੀ ਕੈਸ਼ ਪ੍ਰਾਈਜ਼। ਤੇ ਮਤਲਬ ਮੈਂ ਹੈਰਾਨ ਸੀ ਵੀ ਭਾਈ ਪਬਜੀ ਦੇ ਟੂਰਨਾਮੈਂਟ ਹੋਣ ਲੱਗ ਗਏ। ਦੇਖੋ ਕਈ ਦੇਸ਼ਾਂ ਦੇ ਵਿੱਚ ਤਾਂ ਜਿਹੜੀਆਂ ਸਰਕਾਰਾਂ ਨੇ ਇਹਨੂੰ ਬੰਦ ਕਰਨ ਨੂੰ, ਬੈਨ ਕਰਨ ਨੂੰ ਫਿਰਦੀਆਂ ਨੇ, ਤੇ ਦੂਜੇ ਪਾਸੇ ਟੂਰਨਾਮੈਂਟ ਹੋ ਰਹੇ ਨੇ, ਤੇ ਭਾਈ ਆਹ ਦੇਖ ਲਓ ਵਿਆਹ ਹੋ ਰਹੇ ਨੇ ਪਬਜੀ ਗੇਮਾਂ ਕਰਕੇ, ਵੀ ਕਿੱਧਰ ਨੂੰ ਜਾ ਰਹੇ ਆ। ਤੁਸੀਂ ਵੇਖੋ ਮੈਂ ਹੈਰਾਨ ਆ, ਪਾਰਲੇ ਜੀ ਸੁਣਿਆ ਸੀ ਸ਼ੁਰੂ ਸ਼ੁਰੂ ਚ, ਮੈਨੂੰ ਨਹੀਂ ਸੀ ਪਤਾ ਪਬਜੀ ਕੀ ਹੈ, ਪਾਰਲੇ ਜੀ ਸੁਣਿਆ ਸੀ, ਮੈਨੂੰ ਤਾਂ ਹਾਲੇ ਤੱਕ ਨਹੀਂ ਪਤਾ, ਮੈਂ ਤਾਂ ਦਰਸ਼ਨ ਹੀ ਨਹੀਂ ਕੀਤੇ ਵੀ ਮੈਂ ਕਿਸੇ ਨੂੰ ਅਸਲ ਦੇ ਵਿੱਚ ਖੇਡਦਿਆਂ ਵੇਖਿਆ, ਮੈਨੂੰ ਪਤਾ ਵੀ ਬੰਦੂਕਾਂ ਜੀਆਂ ਲੈ ਕੇ ਉੱਥੇ ਤੁਰੇ ਫਿਰਦੇ ਨੇ, ਪਤਾ ਨਹੀਂ ਮੈਂ ਕਦੇ ਖੇਡੀ ਨਹੀਂ ਇਹ ਖੇਡ ਹਨਾ, ਮੈਂ ਕਿਸੇ ਨੂੰ ਖੇਡਦਿਆਂ ਵੇਖਿਆ ਤੇ ਮੈਨੂੰ ਇਹਦੇ ਬਾਰੇ ਜਾਣਕਾਰੀ ਹੋਈ ਵੀ ਪਤਾ ਨਹੀਂ ਉਹ ਇੱਕ ਜਹਾਜ਼ ਜਿਹਾ ਹੈ, ਉਹਦੇ 'ਚ ਸਾਰਿਆਂ ਨੂੰ ਲਾ ਜਾਂਦੇ ਇੱਕ ਥਾਂ ਤੇ ਉੱਥੋਂ ਪਤਾ ਨਹੀਂ ਹਥਿਆਰ ਜਿਹੇ ਇਕੱਠੇ ਕਰਕੇ ਗੋਲੀਆਂ ਮਾਰੀ ਜਾਂਦੇ, ਆਪਸ 'ਚ ਬੋਲੀ ਵੀ ਜਾਂਦੇ, ਤੁਸੀਂ ਇੱਥੇ ਬੋਲ ਸੁਣ ਵੀ ਸਕਦੇ ਹੋ, ਕੁਛ ਇਦਾਂ ਦਾ ਚੱਕਰ ਆ। ਪਰ ਮੈਂ ਹੈਰਾਨ ਆ ਵੀ ਸੱਚੇ ਟੂਰਨਾਮੈਂਟ ਹੋਣ ਲੱਗ ਗਏ ਵੀ ਕਮਲਿਓ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਕਿੱਥੇ ਪੰਜਾਬ ਜਾਣਿਆ ਜਾਂਦਾ ਸੀ ਵੀ ਨਾ, ਮਤਲਬ ਉੱਚੇ ਲੰਮੇ ਗੱਭਰੂ ਜਵਾਨ ਹਨਾ, ਫਿਰ ਮੁਟਿਆਰਾਂ ਜਿਹੜੀਆਂ ਵੀ ਉਹ ਮੁਟਿਆਰਾਂ ਜਿਹੜੀਆਂ ਉਹਨਾਂ ਦੀ ਵੀ ਦਾਤ ਦਿੰਦੇ ਹੁੰਦੇ ਸੀ ਲੋਕ, ਤਾਂ ਹੁਣ ਕੀ ਕਹਿਣਗੇ ਉਹ ਪੰਜਾਬ ਜਿੱਥੇ ਪਬਜੀ ਟੂਰਨਾਮੈਂਟ ਹੁੰਦੇ ਨੇ। ਮੈਂ ਹਰਮਨ ਜੀ ਜਿਹਦੇ ਤੋਂ ਆਪਣੀ ਪਾਰਲਰ ਵਾਲੀ ਤੋਂ ਥਰੈਡਿੰਗ ਕਰਾਉਣ ਜਾਂਦੀ ਹਾਂ ਵੀ ਜਦੋਂ ਵੀ ਮੈਂ ਥਰੈਡਿੰਗ ਕਰਾਉਣ ਜਾਵਾਂ ਨਾ ਤੇ ਉਹਦਾ ਮੁੰਡਾ 7-8 ਸਾਲ ਦਾ ਹੈ, ਉਹ ਹਮੇਸ਼ਾ ਪਬਜੀ ਖੇਡ ਰਿਹਾ ਹੁੰਦਾ, ਪਤਾ ਨਹੀਂ ਤਾਂ ਮੈਂ ਹੀ ਜਦੋਂ ਜਾਂਦੀ ਉਦੋਂ ਖੇਡ ਰਿਹਾ ਹੁੰਦਾ, ਪਤਾ ਨਹੀਂ ਉਹ ਸਾਰਾ ਦਿਨ ਹੀ ਖੇਡੀ ਜਾਂਦਾ, ਮੈਨੂੰ ਨਹੀਂ ਪਤਾ। ਮੈਂ ਤਾਂ ਜਿੰਨੀ ਵਾਰ ਜਾਵਾਂ ਹਾਰ ਕੇ ਅੱਕ ਕੇ ਮੈਨੂੰ ਕਹਿ ਹੀ ਦਿੱਤਾ, ਮੈਂ ਕਿਹਾ ਭੈਣ ਜੀ ਵੀ ਇਹਨੂੰ ਬਚਾਓ ਵੀ ਸਾਰੀ ਦਿਹਾੜੀ ਗੇਮ ਖੇਡੀ, ਕਹਿੰਦੀ ਮੈਂ ਬਥੇਰਾ ਸਮਝਾਉਂਦੀ ਹਾਂ ਹਟਦਾ ਹੀ ਨਹੀਂ ਆ। ਹੋ ਨਿਆਣੇ ਹੁਣ ਤੋਂ ਗੇਮਾਂ, ਵੀਡੀਓ ਤੁਸੀਂ ਦੇਖੋ ਅੱਖਾਂ ਤੇ ਕਿੰਨਾ ਮਾੜਾ ਅਸਰ ਪੈਂਦਾ, ਨਿਆਣੇ ਤੁਹਾਡੀ ਮਾਨਸਿਕਤਾ ਤੇ ਕਿੰਨਾ ਅਸਰ ਪੈਂਦਾ, ਕਿੱਧਰ ਨੂੰ ਜਾ ਰਹੀ ਪੰਜਾਬੀ ਪਤਾ ਨਹੀਂ। ਚਲੋ ਛੱਡੋ ਕੀ ਕਹਿ ਸਕਦੇ ਹਾਂ ਜੀ, ਉਹਨਾਂ ਦਾ ਵਿਆਹ ਹੋ ਰਿਹਾ, ਉਹਨਾਂ ਨੇ ਬਹੁਤ ਸਾਰੀਆਂ ਮੁਬਾਰਕਾਂ, ਪਬਜੀ ਦਾ ਕੋਈ ਫਾਇਦਾ ਤਾਂ ਹੋਇਆ ਘੱਟੋ ਘੱਟ ਹਨਾ। ਪਰ ਮੈਂ ਇਹ ਨਹੀਂ ਸਮਝ ਸਕੀ ਵੀ ਉਦਾਂ ਆਪਾਂ ਕਹਿੰਦੇ ਹਾਂ ਵੀ ਪਰਮਾਤਮਾ ਨੇ ਲੇਖ ਲਿਖੇ ਹੁੰਦੇ ਨੇ, ਜੋੜੀਆਂ ਬਣਾਈਆਂ ਹੁੰਦੀਆਂ ਨੇ, ਉਹਨਾਂ ਦੇ ਲੇਖਾਂ 'ਚ ਇਹ ਲਿਖਿਆ ਹੋਊਗਾ ਵੀ ਤੁਸੀਂ ਪਬਜੀ ਖੇਡਦੇ ਮਿਲਣਾ। ਮਤਲਬ ਰੱਬ ਨੂੰ ਵੀ ਪਤਾ ਸੀ ਵੀ ਇੰਨੇ ਸਾਲਾਂ ਬਾਅਦ ਜਿਹੜੀ ਪਬਜੀ, ਰੱਬ ਤੋਂ ਤਾਂ ਕੁਛ ਵੀ ਨਹੀਂ ਲੁਕਿਆ ਕੁਸਮ ਜੀ, ਕੀ ਹੋ ਗਿਆ ਤੁਹਾਨੂੰ, ਕਿੱਦਾਂ ਦੀਆਂ ਗੱਲਾਂ ਕਰਨ ਲੱਗ ਗਏ? ਮਤਲਬ ਰੱਬ ਨੇ ਕੀ ਬਣਾਤਾ ਸਮਝ ਨਹੀਂ ਆਉਂਦੀ ਯਾਰ, ਹੱਦ ਹੋ ਗਈ। ਚਲੋ ਖੈਰ, ਉਹਨਾਂ ਨੂੰ ਵਿਆਹ ਦੀਆਂ ਮੁਬਾਰਕਾਂ, ਇਹ ਜੋੜੀ ਬਣੀ ਰਵੇ ਹਮੇਸ਼ਾ ਹਨਾ। ਤੇ ਹੁਣ ਅੱਗੇ ਵਧੀਏ ਜੀ, ਬਿਲਕੁਲ ਨੇਕ ਸਲਾਹ ਦਾ ਹੁਣ ਸਮਾਂ ਹੈ ਤੇ ਅੱਜ ਜਿਹੜੀਆਂ ਕੁੜੀਆਂ ਚਿੜੀਆਂ ਨੇ ਸਾਡੀਆਂ, ਜਿਹੜੀਆਂ ਗ੍ਰਹਿਣੀਆਂ ਨੇ, ਉਹ ਬਣ ਸਵਰ ਕੇ ਬੈਠਣ ਆਪਣੇ ਘਰ ਘਰ ਵਾਲਿਆਂ ਲਈ, ਸੋ ਇਹਨਾਂ ਨੂੰ ਬਿਊਟੀ ਟਿਪਸ ਦਿੰਦੇ ਹਾਂ ਜੀ। ਉਹ ਵੀ ਜਿਹੜਾ ਘਰ ਦੇ ਵਿੱਚ ਆਮ ਸਾਡੇ ਦੁੱਧ ਤੋਂ ਜਿਹੜੀ ਮਲਾਈ ਆ ਜਾਂਦੀ ਆ, ਮਲਾਈ ਬਾਰੇ ਆਪਾਂ ਟਿਪਸ ਦੇਣੇ ਨੇ। ਕੀ ਹੋਇਆ ਤੁਹਾਨੂੰ, ਸਵਾਦ ਬਹੁਤ ਲੱਗਦੀ ਨਾ, ਮੈਨੂੰ ਪਤਾ ਲੱਗ ਗਿਆ। ਮੈਂ ਮਲਾਈ ਦੇ ਨੇੜੇ ਵੀ ਨਹੀਂ ਜਾ ਸਕਦੀ। ਅੱਛਾ, ਮੈਂ ਕਿਹਾ ਮੂੰਹ ਤਾਂ ਐਂ ਬਣਾਇਆ ਜਿਵੇਂ ਸਵਾਦ ਬੜੀ ਲੱਗਦੀ ਹੁੰਦੀ। ਮੈਂ ਤਾਂ ਮਤਲਬ ਮੈਨੂੰ ਐਂ ਲੱਗਦਾ ਵੀ ਨਾ, ਮੈਂ ਤਾਂ ਮਲਾਈ ਦਾ ਨਾਂ ਵੀ ਸੁਣਨਾ ਨਹੀਂ ਪਸੰਦ ਕਰਦੀ। ਮਲਾਈ ਚ ਕਦੇ ਖੰਡ ਪਾ ਕੇ ਦੇਖਿਓ ਕਿੰਨੀ ਸਵਾਦ ਲੱਗਦੀ ਆ। ਚੱਲ ਛੱਡੋ, ਮੈਨੂੰ ਟਿਪਸ ਦੇਣ ਦਿਓ ਤੁਸੀਂ ਪਹਿਲਾਂ ਹੀ। ਜੇ ਤੁਸੀਂ ਨਿਖਰੀ ਹੋਈ ਖਿੜੀ ਖਿੜੀ ਜਿਹੜੀ ਚਮੜੀ ਆ ਆਪਣੇ ਚਿਹਰੇ ਦੀ ਉਹ ਚਾਹੁੰਦੇ ਹੋ, ਤਾਂ ਮਲਾਈ ਦੇ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ, ਥੋੜਾ ਜਿਹਾ ਗੁਲਾਬ ਜਲ ਮਿਲਾ ਕੇ, ਦੁੱਧ ਮਿਲਾ ਕੇ ਤੇ ਹਲਦੀ ਮਿਲਾ ਕੇ ਇਹ ਜਿਹੜਾ ਪੇਸਟ ਬਣਾ ਕੇ ਤੁਸੀਂ ਆਪਣੇ ਚਿਹਰੇ ਤੇ ਲਾ ਦੇਣਾ, ਤੇ ਜਦੋਂ ਇਹ ਸੁੱਕ ਜਾਊ ਉਹਨੂੰ ਧੋ ਦੇਣਾ, ਉਹਦੇ ਨਾਲ ਜਿਹੜੀ ਸਕਿਨ ਹੈ ਤੁਹਾਡੀ ਬਹੁਤ ਮੁਲਾਇਮ ਹੋ ਜਾਂਦੀ ਹੈ, ਕੋਮਲ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਝੁਰੜੀਆਂ ਹੋ ਗਈਆਂ ਨੇ ਤਾਂ ਅਸੀਂ ਅਕਸਰ ਐਂਟੀ ਏਜਿੰਗ ਕਰੀਮਸ ਜਿਹੜੀਆਂ ਯੂਜ਼ ਕਰਦੇ ਹਾਂ, ਉਹਦੀ ਜਗ੍ਹਾ ਜੇ ਅਸੀਂ ਮਲਾਈ ਵਰਤੀਏ ਤਾਂ ਉਹਦੇ ਨਾਲ ਜਿਹੜੀਆਂ ਝੁਰੜੀਆਂ
ਉਹ ਵਧੀਆ ਤਰੀਕੇ ਜਿਹੜੀਆਂ ਠੀਕ ਹੋ ਜਾਂਦੀਆਂ ਨੇ ਔਰ ਉਹਦੇ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ ਜਿਹੜਾ ਕਿ ਸਾਨੂੰ ਐਂਟੀ ਏਜਿੰਗ ਕਰੀਮ ਤੋਂ ਹੁੰਦਾ ਤੇ ਉਹਦੇ ਨਾਲ ਤੁਸੀਂ ਮਲਾਈ ਜਿਹੜੀ ਉਹਨੂੰ ਸਕ੍ਰਬ ਦੇ ਤੌਰ ਤੇ ਵੀ ਆਪਣੇ ਚਿਹਰੇ ਤੇ ਮਲ ਸਕਦੇ ਹੋ ਉਸ ਤੋਂ ਬਾਅਦ ਅਸੀਂ ਜਿਹੜੀਆਂ ਬੀਬੀਆਂ ਸਾਨੂੰ ਡਾਰਕ ਸਰਕਲ ਤੋਂ ਬਹੁਤ ਡਰ ਲੱਗਦਾ ਵੀ ਕਿਤੇ ਕਾਲੇ ਘੇਰੇ ਨਾ ਹੋ ਜਾਣ ਹਨਾ ਕਿਉਂਕਿ ਚਿਹਰਾ ਬਹੁਤ ਖਰਾਬ ਦਿਸਦਾ ਜੇ ਡਾਰਕ ਸਰਕਲ ਹੋ ਗਏ ਨੇ ਤਾਂ ਮਲਾਈ ਦੇ ਵਿੱਚ ਨਿੰਬੂ ਦਾ ਰਸ ਪਾ ਕੇ ਉਹਨੂੰ ਆਪਣੇ ਜਿਹੜੇ ਅੱਖਾਂ ਦੇ ਨੀਚੇ ਲਗਾ ਲੈਣਾ ਤੇ ਜਦੋਂ ਉਹ ਸੁੱਕ ਜਾਵੇ ਤਾਂ ਉਹਨੂੰ ਧੋ ਲੈਣਾ ਸਿੰਪਲ ਜਿਹਾ ਇਹ ਇੱਕ ਤਰੀਕਾ ਹੈ ਬਾਕੀ ਇਹ ਸਾਰਿਆਂ ਨੂੰ ਪਤਾ ਕਿ ਜਦੋਂ ਬੁੱਲ ਫਟਣ ਲੱਗਣ ਤਾਂ ਉੱਤੇ ਤੁਸੀਂ ਥੋੜ੍ਹੀ ਜਿਹੀ ਮਲਾਈ ਲਗਾ ਲਓ ਤਾਂ ਉਹ ਵਧੀਆ ਹੋ ਜਾਏਗੀ ਤੁਹਾਡਾ ਚਿਹਰਾ ਨਾ ਵਿਗੜੀ ਜਾਂਦਾ ਜਿਵੇਂ ਜਿਵੇਂ ਮੈਂ ਜਿੰਨੀ ਵਾਰ ਵੀ ਮਲਾਈ ਦਾ ਨਾਂ ਲਿਆ ਉਨੀ ਵਾਰ ਚਿਹਰਾ ਵਿਗਾੜ ਕੇ ਬੈਠੇ ਹੋ ਤੁਸੀਂ ਨਹੀਂ ਪਤਾ ਨਹੀਂ ਇਹ ਨਾ ਚਲੋ ਆਪਾਂ ਆਪਣੀ ਪਸੰਦ ਹੁੰਦੀ ਹੈ ਵੈਸੇ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਤੁਹਾਡੀ ਸਿਹਤ ਲਈ ਚੰਗੀਆਂ ਹੁੰਦੀਆਂ ਨੇ ਪਰ ਮੈਂ ਨਹੀਂ ਖਾਂਦੀ ਹਨਾ ਖੈਰ ਇਹ ਪੂਰੀ ਉਮੀਦ ਆ ਸਾਨੂੰ ਕਿ ਜਿਹੜੀਆਂ ਟਿਪਸ ਨੇ ਤੁਹਾਡੇ ਕੰਮ ਜ਼ਰੂਰ ਆਉਣਗੇ ਇੱਕ ਦੋ ਹੋਰ ਹੈਗੀਆਂ ਨੇ ਆਉਣ ਦਿਓ ਚੱਲੋ ਹਲੇ ਤੇ ਥੋੜੀ ਦੇਰ ਆਉਣ ਦਿਓ ਦਾਗ ਧੱਬੇ ਜੇ ਚਿਹਰੇ ਤੇ ਹੋ ਜਾਣ ਤਾਂ ਮਲਾਈ ਦੇ ਵਿੱਚ ਥੋੜਾ ਜਿਹਾ ਨਿੰਬੂ ਮਿਲਾ ਕੇ ਉਹਨੂੰ 10 ਮਿੰਟ ਤੁਸੀਂ ਲਗਾਉਣਾ ਆਪਣੇ ਚਿਹਰੇ ਤੇ ਤੇ ਉਸ ਤੋਂ ਬਾਅਦ ਗੁਣਗੁਣੇ ਪਾਣੀ ਦੇ ਨਾਲ ਥੋੜੇ ਕੋਸੇ ਪਾਣੀ ਦੇ ਨਾਲ ਧੋ ਲੈਣਾ ਉਹਦੇ ਨਾਲ ਦਾਗ ਧੱਬੇ ਬਿਲਕੁਲ ਠੀਕ ਹੋ ਜਾਂਦੇ ਨੇ ਜੇ ਫਿੰਸਨੀਆਂ ਤੋਂ ਪਰੇਸ਼ਾਨ ਨੇ ਪਿੰਪਲਸ ਤੋਂ ਪਰੇਸ਼ਾਨ ਹੋ ਤਾਂ ਮਲਾਈ ਦੇ ਵਿੱਚ ਸ਼ਹਿਦ ਪਾ ਕੇ ਉਹਨੂੰ ਤੁਸੀਂ ਲਗਾ ਲੈਣਾ ਆਪਣੇ ਚਿਹਰੇ ਤੇ ਉਹਦੇ ਨਾਲ ਜਿਹੜੇ ਡੈਮੇਜ ਟਿਸ਼ੂ ਹੁੰਦੇ ਨੇ ਜਿਹੜੇ ਮਰ ਚੁੱਕੇ ਜਿਹੜੇ ਟਿਸ਼ੂ ਹੁੰਦੇ ਨੇ ਸੈੱਲ ਹੁੰਦੇ ਨੇ ਉਹ ਪੂਰੇ ਹੋ ਜਾਂਦੇ ਨੇ ਤੇ ਤੁਹਾਡੀ ਜਿਹੜੀ ਚਮੜੀ ਆ ਉਹ ਬਹੁਤ ਜ਼ਿਆਦਾ ਸਿਹਤਮੰਦ ਹੋ ਜਾਂਦੀ ਹੈ ਵਾਹ ਸੋ ਮਲਾਈ ਜ਼ਰੂਰ ਵਰਤੋ ਚਿਹਰੇ ਦੇ ਉੱਪਰ ਤੇ ਜਿਹੜੇ ਖਾ ਸਕਦੇ ਨੇ ਉਹ ਖਾਇਆ ਵੀ ਜ਼ਰੂਰ ਕਰੋ ਤੇ ਬਾਕੀ ਫਿਲਹਾਲ ਲਈ ਹੁਣ ਪ੍ਰੋਗਰਾਮ ਨੂੰ ਸਮੇਟਣਾ ਪਏਗਾ ਸਾਡੇ ਜਾਣ ਦਾ ਵੇਲਾ ਹੋ ਗਿਆ ਆਪਣੀ ਪ੍ਰਤੀਕਿਰਿਆ ਸਾਡੇ ਤੇ ਜ਼ਰੂਰ ਪਹੁੰਚਾਇਓ ਫਿਲਹਾਲ ਦੇ ਲਈ ਦੋਵਾਂ ਦੋ ਆਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਨੂੰ ਇੱਕ ਵਾਰੀ ਫੇਰ ਜੀ ਮੁਹੱਬਤ ਦੇ ਵਸਤੀਆਂ ਬਹੁਤ ਬਹੁਤ ਮੁਬਾਰਕਾਂ ਜੀ ਸੋ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ